ਜਿੱਥੇ ਵੀ ਸਾਡੀ ਆਵਾਜ਼ ਨੂੰ ਸੁਣਦੇ ਆ ਕਿਰਪਾਲਤਾ ਕਰਕੇ ਮੰਚ ਤੇ ਪਹੁੰਚਣ ਤੇ ਆਪਦਾ ਸਨਮਾਨ ਚੰਨ ਲੈਣ। ਇਹਨਾਂ ਨੇ ਵੀ 2100 ਦਾ ਸਹਿਯੋਗ ਸਾਡੀ ਕਮੇਟੀ ਨੂੰ ਦਿੱਤਾ, ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਸਰਦਾਰ ਰੂਪ ਸਿੰਘ ਢਿੱਲੋਂ ਦੇ, ਬਲਦੇਵ ਸਿੰਘ ਜੀ, ਹਾਂਜੀ ਬਲਦੇਵ ਸਿੰਘ ਅਤੇ ਰੂਪ ਸਿੰਘ ਢਿੱਲੋਂ, ਜਿੱਥੇ ਵੀ ਸਾਡੀ ਆਵਾਜ਼ ਨੂੰ ਸੁਣਦੇ ਆ ਕਿਰਪਾਲਤਾ ਕਰਕੇ ਸਟੇਜ 'ਤੇ ਪਹੁੰਚਣ ਦੇ ਆਪਦਾ ਸਨਮਾਨ ਚੰਨ ਲੈਣ। ਹਾਂਜੀ ਸਰਦਾਰ ਕਰਮਜੀਤ ਸਿੰਘ ਜੀ, ਪੰਜਾਬ ਪੁਲਿਸ ਫਰੀਦਕੋਟ, ਉਹ ਵੀ ਮੰਚ 'ਤੇ ਆਪਦਾ ਸਨਮਾਨ ਚੰਨ ਲੈਣ। ਸਾਡੇ ਵੱਡੇ ਵੀਰ ਸਰਦਾਰ ਕਰਮਜੀਤ ਸਿੰਘ ਜੀ, ਹਾਂਜੀ ਮਾਸਟਰ ਕਰਮਜੀਤ ਸਿੰਘ ਸਾਬਕਾ ਸਰਪੰਚ, ਉਹਨਾਂ ਦੇ ਪਰਿਵਾਰ 'ਚੋਂ ਕੋਈ ਵੀ ਮੈਂਬਰ ਇੱਥੇ ਆ ਤਾਂ ਉਹ ਵੀ ਆਪਦਾ ਸਨਮਾਨ ਚੰਨ ਮੰਚ ਤੋਂ ਆ ਕੇ ਲੈਣ। ਸਰਦਾਰ ਮਾਸਟਰ ਕਰਮਜੀਤ ਸਿੰਘ ਜੀ ਸਾਬਕਾ ਸਰਪੰਚ, ਉਹਨਾਂ ਨੇ ਵੀ ਸਾਡੀ ਕਮੇਟੀ ਨੂੰ 3100 ਦਾ ਸਹਿਯੋਗ ਦਿੱਤਾ, ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਸਰਦਾਰ ਕਰਮਜੀਤ ਸਿੰਘ ਸਾਬਕਾ ਸਰਪੰਚ ਦੇ। ਹਾਂਜੀ ਅਮਨ ਬਰਾੜ ਵੀ ਬੇਨਤੀ ਆ ਕਿ ਮੰਚ 'ਤੇ ਆਓ, ਅਮਨ ਬਰਾੜ ਜੀ। ਹਾਂਜੀ ਗੋਲੇ ਵਾਲੇ ਦਾ ਖਿਡਾਰੀ ਸਾਨੂੰ ਕਿਤੇ ਵੀ ਨਜ਼ਰ ਨਹੀਂ ਆ ਰਿਹਾ, ਕਿਤੇ ਵੀ ਆ, ਬੇਨਤੀ ਆ ਵੀ ਹੱਥ ਖੜਾ ਕਰਕੇ ਦੱਸੋ ਗੋਲੇ ਵਾਲਾ, ਇੱਕ ਮਿੰਟ ਦਾ ਸਮਾਂ ਗੋਲੇ ਵਾਲਾ। ਹਾਂਜੀ ਉਹ ਆ ਰਿਹਾ, ਗੋਲੇ ਵਾਲੀ ਟੀਮ ਹੱਥ ਖੜਾ ਕਰਤਾ, ਕੱਪੜੇ ਦਾ ਕੇ ਵਾਰਨਾ ਪਾ, ਗੋਲੇ ਵਾਲੀ ਟੀਮ ਇੱਕ ਚੰਦ ਮਿੰਟਾਂ ਦੇ ਵਿੱਚ ਗਰਾਊਂਡ ਵਿੱਚ ਪਹੁੰਚ ਰਹੀ ਆ। ਹਾਂਜੀ ਵਿੱਕੀ ਮਾਸਟਰ ਹਾਂਜੀ ਕਰਮਜੀਤ ਸਿੰਘ ਬਰਾ, ਠੀਕ ਹੈ। ਹਾਂਜੀ ਕਰਮ ਸਿੰਘ, ਕਰਮਜੀਤ ਸਿੰਘ ਪੰਜਾਬ ਪੁਲਿਸ, ਇਹਨਾਂ ਨੇ ਬਹੁਤ ਸਹਿਯੋਗ ਦਿੱਤਾ, ਸਾਡੇ ਪਿੰਡ ਦੇ ਜੰਪਲ ਆ, ਹੁਣ ਫਰੀਦਕੋਟ ਜਰਾਇਸ਼ ਆ, ਇਹਨਾਂ ਦੇ ਤਹਿ ਦਿਲੋਂ ਧੰਨਵਾਦ ਆ। ਤਾਂ ਕਰਮਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ 'ਤੇ, ਆਪਦਾ ਸਨਮਾਨ ਚੰਨ ਸਮਾਂ ਕਰਨ ਕਰਮਜੀਤ ਸਿੰਘ ਜੀ। ਹਾਂਜੀ ਭਲਵਾਨ, ਦੋ ਭਲਵਾਨ ਆਏ ਆ, ਉਹ ਆਪਣੇ ਕੁਸ਼ਤੀ ਦੇ ਜ਼ੋਰ ਵਿਖਾਉਣਗੇ। ਹਾਂਜੀ ਮਾਸਟਰ ਕਰਮਜੀਤ ਸਿੰਘ ਸਾਬਕਾ ਸਰਪੰਚ, ਉਹਨਾਂ ਦੇ ਪੁੱਤਰ ਅਮਨ ਬਰਾੜ ਜੀ ਦਾ ਸਨਮਾਨ ਚੰਨ ਲੈ ਰਹੇ ਹਾਂ, ਧੰਨਵਾਦੀ ਹਾਂ ਸਮੁੱਚੀ ਕਮੇਟੀ ਵੱਲੋਂ, ਇਹਨਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਸਾਨੂੰ, ਅੱਗੇ ਤੋਂ ਆਸ ਕਰਦੇ ਸੀ ਤਾਂ ਸਹਿਯੋਗ ਦਿੰਦੇ ਰਹਿਣਗੇ। ਮਾਸਟਰ ਕਰਮਜੀਤ ਸਿੰਘ ਸਾਬਕਾ ਸਰਪੰਚ ਚੰਦਵਾਜਾ, ਹਾਂਜੀ ਗੁਰਦੇਵ ਸਿੰਘ ਜੀ ਹਾਂਡਾ, ਉਹਨਾਂ ਦਾ ਸਨਮਾਨ ਚੰਨ ਉਹਨਾਂ ਦੇ ਵੱਡੇ ਭਾਈ ਸੰਤੋਖ ਸਿੰਘ ਹਾਂਡਾ ਜੀ ਪ੍ਰਾਪਤ ਕਰਨਗੇ, ਗੁਰਦੇਵ ਸਿੰਘ ਹਾਂਡਾ ਜੀ ਦਾ ਸਨਮਾਨ ਚੰਨ। ਹਾਂਜੀ ਓਪਨ ਦੀਆਂ ਜੋ ਵੀ ਕਬੱਡੀ ਟੀਮਾਂ ਸਾਡੇ ਦਰਮਿਆਨ ਪਹੁੰਚੀਆਂ, ਉਹਨਾਂ ਨੂੰ ਬੇਨਤੀ ਆ ਕਿ ਅਸੀਂ ਟਾਈਆਂ ਕੱਢਣ ਜਾ ਰਹੇ ਹਾਂ, ਜਲਦੀ ਤੋਂ ਜਲਦੀ ਕੋਈ ਵੀ ਟੀਮ ਆਈ ਆ ਤਾਂ ਟਰਾਲੀ 'ਚ ਸਾਡੇ ਵਲੰਟੀਅਰ ਬੈਠੇ ਆ, ਉੱਥੇ ਟੀਮਾਂ ਐਂਟਰ ਕਰਾਓ ਜੀ। ਹਾਂਜੀ ਡਾਕਟਰ ਸ਼ਵਿੰਦਰ ਸਿੰਘ ਜੀ, ਹਾਂ ਸ਼ਵਿੰਦਰ ਸਿੰਘ ਹਾਂਡਾ ਜੀ, ਮੂਵ ਸਪਰੇ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਪਹੁੰਚਦੀ ਕੀਤੀ ਜਾਵੇ ਮੂਵ ਸਪਰੇ। ਹਾਂਜੀ ਇਹ ਤੁਹਾਡੀ ਡਿਊਟੀ ਸੀਗੀ ਜੀ ਹਾਂਡਾ ਜੀ, ਇਹ ਆਪਦੀ ਜ਼ਿੰਮੇਵਾਰੀ ਆਪ ਨਿਭਾਓ। ਹਾਂਜੀ ਮੈਕ ਤੁਹਾਡਾ ਚਾਲੂ ਆ ਜੀ? ਹਾਂਜੀ ਹਾਂਜੀ ਚਾਲੂ ਆ ਜੀ। ਧੰਨਵਾਦ ਜੀ। ਅਸੀਂ ਸਮੁੱਚੀ ਧੰਨ ਧੰਨ ਬਾਬਾ ਕਾਹਨ ਭਗਤ ਜੀ ਕਮੇਟੀ ਅਤੇ ਸੂਬ ਗਰਾਮ ਪੰਚਾਇਤ ਸਮੁੱਚੇ ਨਗਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਨੂੰ ਸਹਿਯੋਗ ਦੇ ਕੇ ਇਸ ਟੂਰਨਾਮੈਂਟ ਨੂੰ ਨੇਪਰੇ ਚੜ੍ਹਾਉਣ 'ਚ ਮਦਦ ਕੀਤੀ ਆ। ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਸਮੁੱਚੇ ਨਗਰ ਵਾਸੀਆਂ ਦੇ, NI ਵੀਰਾਂ ਦੇ ਅਤੇ ਬਾਹਰਲੇ ਪੰਚਾਂ ਸਰਪੰਚਾਂ ਦੇ, ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ, ਤਹਿ ਦਿਲ ਦੀਆਂ ਗਹਿਰਾਈਆਂ ਤੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅੱਗੇ ਤੋਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਸਹਿਯੋਗ ਦਿੰਦੇ ਰਹਿਣਗੇ ਅਤੇ ਇਹ ਖੇਡ ਮੇਲੇ ਰੰਗਾ ਰੰਗ ਪ੍ਰੋਗਰਾਮ ਆਪਣੇ ਗਰਾਊਂਡਾਂ ਦੀ ਸ਼ਾਨ ਬਣਨਗੇ ਅਤੇ ਪਿੰਡ ਦਾ ਮਾਣ ਸਨਮਾਨ ਹੁੰਦਾ ਰਹੇ।
हाँ जी गुरवीर सिंह गिल साबका सरपंच उन्होंने परिवार चो कोई भी मैंबर जिथे भी साड़ी आवाज़ नहीं सुनता कृपा करके मंच से पहुँच के आपका सम्मान चल लवे बहुत वड्डा योगदान है सरदार गुरवीर सिंह गिल साबका सरपंच का। हाँ जी रैफरी ने बेनती करो कि टीमों को लाइनअप करो मैच चालू करो। हाँ जी साढ़े दरम्यान गुरप्रीत सिंह जी झाड़ीवाला पहुँच चुके हैं उन्होंने बहुत बड़ा सहयोग आ साडी कमेटी को इतने पहुँचते जी आखते हैं तो उन्होंने बेनती करते हैं कि मंच से आके आपका सम्मान चन प्राप्त कर गुरप्रीत सिंह जी झाड़ीवाला। हाँ जी बाढ़ रैफरी वीरां नूं बेनती है कि बाढ़ कोल दोवां टीमां लाइनअप करो साढ़े गुरप्रीत सिंह सरपंच साहब प्रधान जी दर्शन दयाल जी अवतार सिंह बराड़ वो टीम वाली जान पछाण करने लिए पहुँच रहे हैं रैफरी वीरां नूं बेनती है कि दोवें टीमों लाइनअप किया जाए उन्होंने नाल सरदार बूटा सिंह दयाल साबका सरपंच के समुची पंचायत हरमेश सिंह जी मैंबर पंचायत अमरजीत सिंह बलदेव सिंह सुरेंद्र सिंह इन्हों बेनती है कि टीमों जान पछाण करने लिए पहुँचे हाँ जी कृपा करके एक इश्तहार ग्राउंड दे विच पहुंचता किया जाए। कारा प्राड़ जी अपना इश्तहार पिया अंदर उतो एक लेके आओ तो सौंप पाओ इन्होंने टीमों की। मन्ना बराड़ जी जाओ नाल मन्ना बराड़ जी दर्शन सिंह दयाल पंजाब राज बिजली बोर्ड उन्होंने बेनती कर दे कि टीमों की जान पछाण लई नाल पहुंचन। बूटा सिंह दयाल मैंबर पंचायत गुरप्रीत सिंह जी झाड़ीवाला परमजीत सिंह सरपंच पक्का मेला सिंह जी सरपंच कलेर इन्हों के भी इतने पहुंचने ते बहुत बहुत धन्यवाद टीमों की जान पछाण लई जा रहे हैं धनवादी हाँ अभी समुची कमेटी वालों समूह ग्राम पंचायतों का इलाका निवासियों का जो भी इस रौनक दौले इतने पहुंचे है कमरे च पहुँचा दे बराड़ साहब कमरे चो सेमे को चाबी है बराड़ साहब आ गया। असीं धन्नवादी हाँ सतपाल सिंह जी बराड़ साहब जो साढ़े निक्के सदे दे रमाणा जीत सिंह की टीम में लैके पहुँचे आ इतने पहुँचने जी आए हैं बहुत बहुत धन्यवाद सतपाल जी बराड़ रमाणा भेजा सिंह जी बुढ़ी मार उन्हों का भी इतने पहुँचने तह दिलो शुक्रगुजार हाँ धन्यवाद करते हैं वह भी निक्के सदे इतने पहुँचे आ बहुत प्यारा सत्कार दिता उस वीर ने इतने पहुँचने जी आए वेलकम भेजा बुढ़ी मार। हेलो वाहगुरु जी का खालसा श्री वाहगुरु जी की फतेह। लाखोशियां पातशाहियां जे सतगुर नदर करे
कबड्डी दे वालीबाल दे बड़े मशहूर खिडारी इस धरती ने पैदा किए ने। सरकारी हाई स्कूल दा बहुत ही सुंदर खेड मैदान लो दर्श करियो। गोलेवाल दी टीम खेडेगी वाटर बॉक्स वाली साइड चढ़दे वाले पासे और स्कूल दी बिल्डिंग वाले पासे टीम खेडेगी खखराने दी। वेटरां नूं बेनती है कि कुर्सियां पचाओ मंच दे उत्ते स्टेज ते कुर्सियां पचाउण दी कृपालता करो। उधर साडा वीर भाई गुरप्रीत सिंह जी झाड़ी वाला सरदार चांद सिंह जी झाड़ी वाला बहुत वड्डा खेड मेला झाड़ी वाला दी धरती ते करवाउंदे ने। ओह वी साडे दरमियान पहुंचे ने जी आखदे जी। हाँ जी भाई लखविंदर इश्तहार लैके वीरे ग्राउंड चाहो। उधर साडा वड्डा वीर भाई मन्ना जी उन्हां दे नाल सरदार दविंदर सिंह जी गरेवाल लखविंदर जी भाई परगट सरजीत वर्गे साडे वी स्टेज ते विराजमान सरदार दर्शन सिंह जी लैंडमैन साहब वह भी मंच के उपर बैठे ने। सारिआं नूं जी आया सरदार गुरप्रीत सिंह जी सरपंच पिंड चंदबाजा भाई बबली जी साडे सारे सत्कारयोग वीर ने। सरदार जगजीत सिंह जी जग्गू बाबा चंदबाजा साढ़े ज्ञानी जी वो भी पहुंचे ने जी आखदे धन्नवाद करते हैं। जिस तरह भी अपने चेहरे नजर आएंगे आप सारयां दी भरमी हाजरी जिहड़ी इस टूरनामेंट दे विच लवावांगे। बहुत ही दोस्तों साढ़े प्यारे वीर सारा नगर लो जी दोनों टीमों की इधर कसम पवाई जा रही है। मैच जरा सब पवा के लगना दर्शक दायरे ते बैठे बजुर्ग बच्चे नौजवान सारे का बहुत बहुत धन्यवाद। जिन्हें भी साढ़े स्रोते वीर पहुंचे ने दर्शक वीर उधर 30 सैकेंड से हूटर से काका पंडित जी मदो के कबड्डी कोच विराजमान ने जी आखते हैं। काका पंडित जी ने अपने समय के बहुत तगड़ी कबड्डी खेडी है। रैफरी का फैसला टल मनिया जाना है बहसबाजी ना कोई करे रैफरी दे नाल खिडारी वीर भाई थाने नूं ते गाजे नूं बेनती है भाई टाइयां कटन लई इत्थे पहुंचो भाई ट्राली दे। मैच शुरू करा दो विक्की की चाहिए हूं प्रधान जी एक बेनती है भी आप बाल कलर जो बेस्ट ट्रेडर से बेस्ट आपर सम्मानित करना प्लीज नोट करी जाए हमारे एक कापी स्टेज पर बजाई जाए जी। हाँ जी एक असी कमेटी अनाउंस कर जा रहे हैं जो कोई भी फैसला ग्राउंड के रौला पैंदा उहदा करूगी। अवतार सिंह बराड़ कारा बराड़ गुरभेज सिंह कबड्डी खिडारी थाणा सिंह कबड्डी खिडारी दविंदर सिंह गरेवाल साहब ये चार बंदे की कमेटी है जो भी ये कमेटी फैसला करूगी वही फैसला अंत मनिया जाऊगा। होर किसी भी वीर ने इस कमेटी के फैसले दखल देने की कृपालता नहीं करनी। असी समूह नगरवासियों के तहत शुक्रगुजार हाँ जिन्होंने सानू सहयोग दिता इस तरह सहयोग देंदे रहना ते अपने पिंड की मान ते शान नूं वधाउंदे रहना। जो भी ये कमेटी फैसला करूगी वह अंतम होगा। किसी भी बाहरले वीर ने इस कमेटी के फैसले में दखल देने की कृपालता नहीं करनी। धन्यवादी होवांगे समूह नगर निवासियों के। हैलो भाई लखविंदर एक मुंडे की ड्यूटी ला दो वीरे कापी पेन दे के बैटर रेडर से जाफी की चोण होनी आ पर गरेवाल जी उन्होंने लाती ड्यूटी जी मेहरबानी लो जी दर्श करियो। खखराने की टीम खेडेगी स्कूल वाले पासे कापी तो पहुंचती कर दो एक स्टेज ते और गोलेवाल की टीम खेडेगी टैंकी वाले पासे इधर वाटर बॉक्स की साइड दर्श करियो। साइडां जिहड़ियां दोनों टीमों दे नोट कर लो। असी बहुत बहुत धन्यवाद करते हैं सरदार मनप्रीत सिंह जी भाई धीरा बराड़ मनीला जिन्होंने अपने पापा जी उन्हां दी याद दे विच पहला नाम कबड्डी ओपन का 31,000 रुपए दिता उन्हां दा असी बहुत बहुत धन्यवाद करते हैं। साडा वड्डा वीर भाई गुरमीत सिंह जी गल मंडवाला खेड प्रमोटर कैलगरी कनेडा 11,000 रुपए का योगदान जिहड़ा उन्हां दे वल्लों दिता गया।
ਸਰਦਾਰ ਲਖਵਿੰਦਰ ਸਿੰਘ ਜੀ ਦਿਆਲ ਵਿਸ਼ੇਸ਼ ਸੰਯੋਗ ਸਾਡੇ ਵੀਰ ਬਾਈ ਕੁਲਵਿੰਦਰ ਕਬੱਡੀ ਖਿਡਾਰੀ ਦੀ ਯਾਦ ਦੇ ਵਿੱਚ ਬਾਈ ਲਖਵਿੰਦਰ ਹੋਣਾ ਦੇ ਵੱਲੋਂ ਉਹਨਾਂ ਦੇ ਪਰਿਵਾਰ ਦੇ ਵੱਲੋਂ 11,000 ਰੁਪਏ ਦਿੱਤਾ ਗਿਆ। ਗਗਨ ਕੈਨੇਡਾ ਸਾਡਾ ਵੀਰ ਇੰਟਰਨੈਟ ਅੱਜ ਦਰਸ਼ਕੀਰੋ ਤੁਹਾਨੂੰ ਦੱਸ ਦਈਏ ਕਬੱਡੀ 365.com ਦੇ ਰਾਹੀਂ ਇੰਟਰਨੈਟ ਦੇ ਜ਼ਰੀਏ ਅੱਜ ਇਹ ਕਬੱਡੀ ਕੱਪ ਪੂਰੀ ਦੁਨੀਆ ਭਰ ਦੇ ਵਿੱਚ ਦਿਖਾਇਆ ਜਾ ਰਿਹਾ। ਸਾਡੇ ਵੀਰ ਕੈਨੇਡਾ ਤੋਂ, ਕੋਈ ਇੰਗਲੈਂਡ ਤੋਂ, ਵੱਖ ਵੱਖ ਦੇਸ਼ਾਂ ਦੇ ਵਿੱਚ ਬੈਠ ਕੇ ਅੱਜ ਇਸ ਕਬੱਡੀ ਕੱਪ ਦਾ ਸਿੱਧਾ ਲੈਵ ਜਿਹੜਾ ਤੱਕ ਰਹੇ ਨੇ। ਬਹੁਤ ਹੀ ਪਿਆਰੀ ਸਾਈਡ ਕਬੱਡੀ 365.com ਦੇ ਰਾਹੀਂ ਖੇਡ ਮੇਲਾ ਪੂਰੀ ਦੁਨੀਆ ਭਰ ਦੇ ਵਿੱਚ ਦਿਖਾਇਆ ਜਾ ਰਿਹਾ। ਉੱਧਰ ਸਾਡਾ ਵੀਰ ਹੈਪੀ ਮਨੀਲਾ, ਵੱਡਾ ਸੰਯੋਗ ਬਾਈ ਜੀ ਉਹਨਾਂ ਦੇ ਵੱਲੋਂ 7100 ਰੁਪਏ ਖੇਡ ਮੇਲੇ ਦੇ ਵਾਸਤੇ ਦਿੱਤਾ ਗਿਆ। ਸਰਦਾਰ ਦਰਸ਼ਨ ਸਿੰਘ ਜੀ ਇੰਗਲੈਂਡ, ਇਹਨਾਂ ਦੇ ਵੱਲੋਂ ਵੀ 7100 ਰੁਪਏ ਦਾ ਯੋਗਦਾਨ ਜਿਹੜਾ ਕਬੱਡੀ ਕੱਪ ਦੇ ਵਾਸਤੇ ਆਇਆ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਰਦਾਰ ਦਵਿੰਦਰ ਸਿੰਘ ਜੀ ਗਰੇਵਾਲ ਅੰਕਲ ਜੀ ਹੁਣੀ ਸਟੇਜ 'ਤੇ ਵੀ ਬਿਰਾਜਮਾਨ ਨੇ, ਔਰ 7100 ਰੁਪਏ ਦਾ ਜਿਹੜਾ ਸੰਯੋਗ ਇਹਨਾਂ ਦੇ ਵੱਲੋਂ ਖੇਡ ਮੇਲੇ ਦੇ ਵਾਸਤੇ ਦਿੱਤਾ ਗਿਆ। ਸਰਦਾਰ ਗੁਰਪ੍ਰੀਤ ਸਿੰਘ ਜੀ ਸਰਪੰਚ ਪਿੰਡ ਚੰਦਬਾਜਾ 7100 ਰੁਪਏ, ਉਹਨਾਂ ਦੇ ਨਾਲ ਸਾਡਾ ਵੀਰ ਬਾਈ ਸਰਦਾਰ ਬੂਟਾ ਸਿੰਘ ਜੀ ਦਿਆਲ ਪੰਚਾਇਤ ਮੈਂਬਰ 5100 ਰੁਪਏ ਸਾਡੇ ਵੀਰ ਦੇ ਵੱਲੋਂ ਜਿਹੜਾ ਯੋਗਦਾਨ ਆਇਆ। ਬਾਈ ਹਰਮੇਸ਼ ਸਿੰਘ ਜੀ ਪੰਚਾਇਤ ਮੈਂਬਰ 1100 ਰੁਪਏ, ਬਲਦੇਵ ਸਿੰਘ ਜੀ ਪੰਚਾਇਤ ਮੈਂਬਰ 1100 ਰੁਪਏ, ਬਿੰਦਰ ਸਿੰਘ ਜੀ ਪੰਚਾਇਤ ਮੈਂਬਰ 1100 ਰੁਪਏ, ਸਰਦਾਰ ਸੁਰਿੰਦਰ ਸਿੰਘ ਜੀ ਪੰਚਾਇਤ ਮੈਂਬਰ 1100 ਰੁਪਏ, ਮੈਂਬਰ ਸਰਦਾਰ ਅਮਰਜੀਤ ਸਿੰਘ ਜੀ 1100 ਰੁਪਏ, ਮੈਂਬਰ ਜਸਪਾਲ ਸਿੰਘ ਜੀ 1100 ਰੁਪਏ, ਮੈਂਬਰ ਦਰਸ਼ਨ ਸਿੰਘ ਜੀ 1100 ਰੁਪਏ। ਇਹ ਸਾਡੀ ਸਮੁੱਚੀ ਗ੍ਰਾਮ ਪੰਚਾਇਤ ਦੇ ਵੱਲੋਂ ਜਿਹੜਾ ਵੱਡਾ ਯੋਗਦਾਨ ਖੇਡਾਂ ਲਈ ਦਿੱਤਾ ਗਿਆ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਲਓ ਜੀ, ਪਹਿਲੀ ਕਬੱਡੀ ਲੈ ਵੀ, ਇੱਕ ਪਾਸੇ ਸਾਡਾ ਵੀਰ ਕੇਵਲ ਜੈਤੋ, ਆਪਣੇ ਸਮੇਂ ਦਾ ਕਬੱਡੀ ਦਾ ਸਟਾਰ ਖਿਡਾਰੀ ਮੇਰਾ ਵੀਰ ਬਤੌਰ ਅੰਪਾਇਰ ਦੀਆਂ ਸੇਵਾਵਾਂ ਦਿੰਦਾ ਹੋਇਆ। ਉੱਧਰ ਸਾਡੇ ਦਰਮਿਆਨ ਅੰਤਰਾੜੀ ਕਬੱਡੀ ਖਿਡਾਰੀ ਬਾਈ ਰਾਜੂ ਚੰਦਬਾਜਾ, ਉਹ ਵੀ ਸਾਡਾ ਵੀਰ ਪੁੱਜਾ ਜੀ ਆਖਦੇ ਹਾਂ। ਬਾਈ ਠਾਣਾ ਚੰਦਬਾਜਾ ਗਰਬਾਜ ਵਰਗੇ ਕਬੱਡੀ ਖਿਡਾਰੀ ਇਸੇ ਨਗਰ ਨੇ, ਬਾਈ ਰੂਪੇ ਵਰਗੇ, ਔਰ ਕਦੇ ਬਾਈ ਰਾਜੇ ਹੋਣਾ ਨੇ ਕਬੱਡੀ ਖੇਡੀ, ਅੰਗਰੇਜ਼ ਗੇਜੇ ਵਰਗੇ ਇਸੇ ਨਗਰ ਦੇ ਕਬੱਡੀ ਦੇ ਬੜੇ ਪਿਆਰੇ ਖਿਡਾਰੀ ਹੋਏ ਨੇ, ਬਾਈ ਗਿੰਦੇ ਵਰਗੇ ਕਬੱਡੀ ਖਿਡਾਰੀਆਂ ਦਾ ਪਿੰਡ ਆ। ਲਓ ਪਹਿਲੀ ਕਬੱਡੀ ਖੇਡ ਮੈਦਾਨ ਦੇ ਵਿੱਚ, ਸੰਦੀਪ ਨਾਮ ਇਸ ਖਿਡਾਰੀ ਦਾ ਮੇਰੇ ਵੀਰਿਓ। ਲਓ ਸੰਦੀਪ ਗੋਲੇ ਵਾਲੇ ਪਿੰਡ ਦਾ ਕਬੱਡੀ ਪਾਉਂਦਾ ਹੋਇਆ, ਇੱਕ ਪਾਸੇ ਮਾਈਕਲ ਖਖਰਾਣੇ ਦਾ ਮੇਰੇ ਵੀਰਿਓ ਕਬੱਡੀ ਦਾ ਜਹਾਬਾਦ ਜਾਫੀ, ਤੇ ਦੂਸਰੇ ਪਾਸੇ ਕਾਲਾ। ਲਓ ਤਿੰਨਾਂ ਜਾਫੀਆਂ ਦੀ ਘੁੰਮਦੀ ਹੋਈ ਚੈਨ, ਸੰਦੀਪ ਗੋਲੇ ਵਾਲ ਦਾ ਇਸ ਵੇਲੇ ਕਬੱਡੀ ਪਾਉਂਦਾ ਹੋਇਆ, ਜੀ ਦਰ ਦੇ ਨਾਲ ਪਾਈ ਹੋਈ ਕਬੱਡੀ। ਸੰਦੀਪ ਗੋਲੇ ਵਾਲਾ ਪਿੰਡ, ਕਹਿੰਦੇ ਗੋਰੇ ਗੋਲੇ ਵਾਲੀਏ ਦਾ ਪਿੰਡ ਆ, ਦੁਨੀਆ ਭਰ ਦਾ ਮਸ਼ਹੂਰ ਖਿਡਾਰੀ ਗੋਰਾ ਗੋਲੇ ਵਾਲੀਆ। ਹੈਲੋ, ਹਾਂਜੀ ਵੀਰ ਜੀ, ਇਸ ਵੇਲੇ ਪਹਿਲਾ ਡੇਢ ਨੰਬਰ ਗੋਲੇਵਾਲ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਆ ਖਿਡਾਰੀ, ਘੋੜੀ ਦੇ ਤੌਰ ਤੇ ਜਾਣਿਆ ਜਾਂਦਾ ਮੇਰੇ ਵੀਰਿਓ। ਲਓ ਘੋੜੀ ਇਸ ਵੇਲੇ ਖਖਰਾਣੇ ਵਾਲਾ ਕਬੱਡੀ ਪਾਉਂਦਾ ਹੋਇਆ, ਉੱਧਰ ਦੋ ਜਾਫੀ ਗੋਲੇਵਾਲ ਦੇ, ਕੌਣ ਡੱਕ ਪਾਵੇਗਾ ਕੌਣ ਰੱਖ ਪਾਵੇਗਾ। ਲੈ ਵੀ ਬਾਈ ਲਖਵਿੰਦਰ ਦੇਖ ਵੀ ਦਿਆਲ ਸਾਹਮਣੇ ਹੋਈਆਂ ਨੇ ਹੱਥ ਜੋੜੀਆਂ, ਆ ਉੱਧਰ ਘੋੜੀ ਖਖਰਾਣੇ ਵਾਲਾ ਇੱਕ ਨੰਬਰ ਦਾ ਹੋਰ ਵਾਧਾ ਆਪਣੀ ਟੀਮ ਦੇ ਵਾਸਤੇ ਕਰਦਾ ਹੋਇਆ। ਇਹ ਫਾਈਨਲ ਮੈਚ ਗੋਲੇ ਵਾਲਾ ਵਰਸੇ ਖਖਰਾਣਾ, 62 ਕਿਲੋ ਫਾਈਨਲ। ਉੱਧਰ ਸਾਡਾ ਵੀਰ ਗੁਰਪ੍ਰੀਤ ਬਰਾੜ ਮੰਡੀਲਾ ਦੇ ਵਿੱਚੋਂ ਸਾਡਾ ਵੀਰ ਇੰਟਰਨੈਟ ਦੇ ਜ਼ਰੀਏ ਇਸ ਕਬੱਡੀ ਕੱਪ ਨੂੰ ਤੱਕ ਰਿਹਾ। 5100 ਰੁਪਏ ਸਾਡੇ ਵੀਰ ਦੇ ਵੱਲੋਂ ਖੇਡਾਂ ਲਈ ਦਿੱਤਾ ਗਿਆ। ਬਾਈ ਗੁਰਪ੍ਰੀਤ ਸਿੰਘ ਜੀ ਬਰਾੜ ਮੰਡੀਲਾ ਦੇ ਵਿੱਚ ਵਸਿਆ ਹੋਇਆ। ਲਾਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਪਾਈ ਹੋਈ ਜੀ ਦਰ ਦੇ ਨਾਲ ਕਬੱਡੀ ਇਸ ਵੇਲੇ ਨੌਜਵਾਨ ਉੱਧਰ ਕਾਲਾ ਖਖਰਾਣੇ ਵਾਲਾ ਕੋਸ਼ਿਸ਼ ਕਰਦਾ ਹੋਇਆ। ਲਓ ਮੁਕਾਬਲਾ ਦੋਨਾਂ ਖਿਡਾਰੀਆਂ ਦਾ ਪਰ ਪੁਆਇੰਟ ਜਿਹੜਾ ਕਾਮਨ ਹੋ ਚੁੱਕਿਆ, ਨੰਬਰ ਮੇਰੇ ਵੀਰਿਓ ਇਸ ਵੇਲੇ ਸਾਂਝਾ ਦੋਨਾਂ ਖਿਡਾਰੀਆਂ ਦੇ ਦਰਮਿਆਨ, ਗੁੱਡ ਜੱਜਮੈਂਟ। ਅਗਲੀ ਕਬੱਡੀ ਫਿਰ ਮੈਦਾਨ ਦੇ ਵਿੱਚ, ਆ ਖਿਡਾਰੀ ਦਾ ਬੈਲੀ ਨਾਮ ਆ ਮੇਰੇ ਵੀਰੋ ਰਾਮੂ ਵਾਲਾ ਪਿੰਡ ਵਾਲੀ, ਬੇਨਤੀ ਕਰਦੇ ਕਬੱਡੀ ਓਪਨ। ਹੈਲੋ ਹੈਲੋ, ਕਿਰਪਾ ਸਿੰਘ ਕਲੀ ਦੀ ਸੇਵਾ ਨਿਭਾਓ ਇੱਧਰ ਆ ਕੇ। ਹੈਲੋ ਕਿਰਪਾ ਸਿੰਘ ਭਾਈ, ਟੀਮਾਂ ਦੀ ਐਂਟਰੀ ਫੀਸ ਨਹੀਂ ਪਹੁੰਚੀ ਭਾਈ, ਐਂਟਰੀ ਫੀਸ ਪਹੁੰਚਾਓ, ਬਾਅਦ ਅਸੀਂ ਫਿਰ ਕੋਈ ਇਤਰਾਜ਼ ਨਾ ਕਰੇ। ਹੈਲੋ ਬਾਈ ਜੀ, ਪਿੱਛੇ ਲਿੰਕ ਸਿਸਟਮ ਆ ਤੇ ਜਿਹੜੀ ਸੈਂਟਰ ਲੈਣਾ ਖਿਡਾਰੀ ਵੀਰੋ ਫਾਸਟ ਆਊਟ ਹੈ, ਸਾਰੀਆਂ ਟੀਮਾਂ ਨੋਟ ਕਰ ਲਓ। ਲਓ ਸੰਦੀਪ ਗੋਲੇਵਾਲ ਦਾ ਕਬੱਡੀ ਪਾਉਂਦਾ ਹੋਇਆ, ਕਦੇ ਸੰਦੀਪ ਲੱਲੀਆਂ ਦਾ ਜ਼ਿਕਰ ਹੋਇਆ ਮੇਰੇ ਵੀਰੋ, ਕਦੇ ਸੰਦੀਪ ਨੰਗ ਲੰਬੀਆਂ ਦਾ, ਵਿਸ਼ਵ ਕਬੱਡੀ ਲੀਗ ਦੇ ਵਿੱਚ ਰਿਕਾਰਡ ਪੈਦਾ ਕਰਨ ਵਾਲਾ ਖਿਡਾਰੀ, ਦੁਨੀਆ ਭਰ ਦਾ ਮਸ਼ਹੂਰ ਕਬੱਡੀ ਖਿਡਾਰੀ ਕਲੀ ਵੀਰ ਨੂੰ ਬੇਨਤੀ ਮੇਰਾ ਵੀਰ ਕਲੀ ਪਾਵੇ। ਲਓ ਘੋੜੀ ਖਖਰਾਣੇ ਵਾਲਾ ਕਬੱਡੀ ਪਾਉਂਦਾ ਹੋਇਆ, ਘੋੜੀ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਖਿਡਾਰੀ ਮੇਰੇ ਵੀਰੋ। ਲਓ ਇੱਕ ਪਾਸੇ ਗੋਲੇਵਾਲ ਦਾ ਨੌਜਵਾਨ ਕੋਸ਼ਿਸ਼ ਕਰਦਾ ਹੋਇਆ, ਕਦੇ ਗੁੱਟਾਂ ਦੀ ਗੱਲ ਕਦੇ ਗਿੱਟਿਆਂ ਦੀ ਕਦੇ ਧੌਲਾਂ ਦੀ ਗੱਲ, ਉਹ ਪੁਆਇੰਟ ਜਿਹੜਾ ਘੋੜੀ ਖਖਰਾਣੇ ਵਾਲਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ।
ਉਧਰ ਸਰਦਾਰ ਸਰਬਜੀਤ ਸਿੰਘ ਜੀ ਕੈਨੇਡਾ ਸਾਡੇ ਵੀਰ
ਬਹੁਤ ਬਹੁਤ ਧੰਨਵਾਦ ਜੀ ਜੀ ਆਖਿਆ ਜਾ ਰਿਹਾ ਜੀ ਲਾਲੀ ਕਬੱਡੀ ਫਿਰ ਮੈਦਾਨ ਵਿੱਚ ਸੰਦੀਪ ਉੱਧਰ ਪੰਜਾਬ ਦੇ ਮਸ਼ਹੂਰ ਕਮੈਂਟੇਟਰ ਬਾਈ ਨਰਦੀਪ ਦੌੜੀ ਖਾਨਾ ਧਰਮ ਕਲੇਰ ਜੀ ਸਮੇਂ ਸਮੇਂ ਸਿਰ ਸਾਡੇ ਵੀਰ ਆਪਣੇ ਸਵਾਵਾਂ ਜਿਹੜੇ ਸਾਡੇ ਦੇਣਗੇ ਬਾਈ ਸੰਗੀਤਾ ਜੀ ਕਰੋ ਸੈੱਟ ਬਾਈ ਸਾਊਂਡ ਖਿਡਾਰੀ ਵੀਰਾਂ ਨੂੰ ਬੇਨਤੀ ਆ ਕਿ ਦਸਾਂ ਮਿੰਟਾਂ ਚ ਪਹੁੰਚ ਚੇਤੇ ਭਾਈ ਬਹੁਤ ਹੀ ਸਤਿਕਾਰਯੋਗ ਸਾਡੀ ਮਾਣਯੋਗ ਸ਼ਖਸੀਅਤ ਅਸਤੇ ਤੇ ਬਿਰਾਜਮਾਨ ਸਾਡੇ ਪਤਵੰਤੇ ਵੀਰ ਸਾਡੇ ਇਲਾਕੇ ਦੇ ਮਾਲਵੇ ਦੇ ਮਸ਼ਹੂਰ ਖੇਡ ਪ੍ਰਮੋਟਰ ਬਾਈ ਗੁਰਮੀਤ ਗੱਲ ਜੀ ਮੰਡ ਵਾਲਾ ਗੱਲ ਸਾਹਿਬ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਜਾ ਰਿਹਾ ਅੱਧਾ ਸਮਾਂ ਹੋ ਗਿਆ ਜੀ ਬਾਈ ਵਿੱਕੀ ਮਾਰ ਜੀ ਇੱਧਰ ਇਸ਼ਾਰਾ ਕਰ ਰਹੇ ਨੇ ਹਾਫ ਟਾਈਮ ਹੋ ਚੁੱਕਿਆ ਇਸ ਮੁਕਾਬਲੇ ਦਾ ਰਸ਼ ਕਰਿਓ ਗੋਲੀਬਾਰ ਤੇ ਫਕਰਾਣਾ ਜੀ ਬੜਾ ਤਕੜਾ ਬੜਾ ਵਧੀਆ ਤੇ ਬੜਾ ਰੌਚਕ ਮੈਚ ਖੇਡਿਆ ਜਾ ਰਿਹਾ ਹੈਲੋ ਹੈਲੋ ਬਾਈ ਅਮਰਜੀਤ ਸਿੰਘ ਪਿੰਡ ਭਲੂਰ ਤੋਂ ਜੇ ਪਹੁੰਚਿਆ ਤਾਂ ਉਹ ਟਰਾਲੀ ਵਾਲੀ ਸਟੇਜ ਤੇ ਆ ਕੇ ਮਿਲੇ ਹੈਲੋ ਕਬੱਡੀ ਉੱਪਰ ਜਿੰਨੇ ਵੀ ਕਲੱਬ ਪਹੁੰਚੇ ਨੇ ਜਲਦੀ ਤੋਂ ਜਲਦੀ ਸਾਰੇ ਖਿਡਾਰੀ ਵੀਰ ਆਪਣੀ ਐਂਟਰੀ ਫੀਸਾਂ ਦਰਜ ਕਰਵਾਓ ਜਿੰਨੀਆਂ ਵੀ ਕਬੱਡੀ ਉੱਪਰ ਦੀਆਂ ਟੀਮਾਂ ਪਹੁੰਚੀਆਂ ਲਓ ਜੀ ਬਸ਼ਕਰੀ ਸੋਡਾ ਚੇਂਜ ਹੋ ਗਿਆ ਖਿਡਾਰੀ ਦੀ ਟੀਮ ਜਿਹੜੀ ਇੱਧਰ ਵਾਟਰ ਬਕਸ ਟੈਂਕੀ ਵਾਲੇ ਪਾਸੇ ਚਲੀ ਗਈ ਆ ਔਰ ਗੋਲੀਆਂ ਦੀ ਟੀਮ ਜਿਹੜੀ ਸਕੂਲ ਵਾਲੇ ਪਾਸੇ ਦੀ ਤਾਂ ਅਗਲੀ ਕਬੱਡੀ ਸੰਦੀਪ ਗੋਲੀਆਂ ਦੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਲਓ ਸੰਦੀਪ ਦੀ ਪਾਈ ਹੋਈ ਕਬੱਡੀ ਉੱਧਰ ਕਹਿੰਦੇ ਮਾਈਕਲ ਖਿਖਰਾਣੀ ਵਾਲਾ ਇਸ ਵੇਲੇ ਕੋਸ਼ਿਸ਼ ਕਰਦਾ ਮਾਈਕਲ ਦੇ ਨਾਲ ਮੁਕਾਬਲਾ ਹੋਇਆ ਪਰ ਨੰਬਰ ਜਿਹੜਾ ਇਸ ਵੇਲੇ ਸੰਦੀਪ ਗੋਲੀਵਾਲ ਦਾ ਆਪਣੀ ਟੀਮ ਦੇ ਸੇ ਜੋੜਦਾ ਹੋਇਆ ਉੱਧਰ ਸਾਡੇ ਦਰਮਿਆਨ ਸਾਡਾ ਵੱਡਾ ਵੀਰ ਬਾਈ ਗੁਰਮੀਤ ਗੱਲ ਜੀ ਮੰਡ ਵਾਲਾ ਉੱਧਰ ਸਰਦਾਰ ਬਸੰਤ ਸਿੰਘ ਜੀ ਸਾਡੇ ਅੰਕਲ ਜੀ ਸ੍ਰੀ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਦੇ ਪ੍ਰਧਾਨ ਸਰਦਾਰ ਬਸੰਤ ਸਿੰਘ ਜੀ ਨਾਲ ਮੰਡ ਵਾਲਾ ਜੀ ਵੀ ਪਹੁੰਚੇ ਨੇ ਉਹਨਾਂ ਨੂੰ ਵੀ ਜੀ ਆਖਿਆ ਜਾ ਰਿਹਾ ਉਹ ਵੀ ਆਪਣੇ ਸਾਥੀਆਂ ਦੇ ਨਾਲ ਇਸ ਕਬੱਡੀ ਕੱਪ ਦਾ ਮੱਧ ਮਾ ਰਹੀ ਹੈ ਲੈ ਉੱਧਰ ਘੋੜੀ ਖਖਰਾਰੇ ਵਾਲਾ ਕਬੱਡੀ ਪਾਉਂਦਾ ਹੋਇਆ ਉੱਧਰ ਬਿੱਟੂ ਦੇ ਨਾਲ ਮੁਕਾਬਲਾ ਪਰ ਪੁਆਇੰਟ ਜਿਹੜਾ ਪੱਸੀ ਬਾਈ ਕੇਵਲ ਇਹ ਨੰਬਰ ਜਿਹੜਾ ਇਸ ਵੇਲੇ ਗੋਲੇਵਾਲ ਦੀ ਟੀਮ ਦੇ ਸੇ ਜੁੜਦਾ ਹੋਇਆ ਪੁਆਇੰਟ ਮੇਰੇ ਵੀਰੋ ਜਾਫੀਆਂ ਦੇ ਸੇ ਜੁੜਦਾ ਹੋਇਆ ਉੱਧਰ ਸਰਦਾਰ ਦਜੀਤ ਸਿੰਘ ਜੀ ਸਿੱਧੂ ਮੋਗੇ ਵਾਲੇ ਉਹਨਾਂ ਦੇ ਨਾਲ ਨਿੱਕੀ ਸਿੱਧੂ ਜੀ ਇੱਧਰ ਬਾਬਾ ਜਲਾਲ ਸਿੰਘ ਜੀ ਸਾਡੇ ਸਤਿਕਾਰ ਦੇ ਵੀਰ ਸਾਰਿਆਂ ਨੂੰ ਜੀ ਆਇਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਇੱਧਰ ਅੱਜ ਕਹਿੰਦੇ ਸਾਡੇ ਵੀਰ ਬਾਈ ਥਾਣੀ ਚੰਦਵਾਜੇ ਵਾਲੇ ਕਬੱਡੀ ਖਿਡਾਰੀ ਦਾ ਜਿੱਥੇ ਬਾਈ ਗੁਰਪ੍ਰੀਤ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਦੇ ਵੱਲੋਂ ਕੱਪ ਦੇ ਨਾਲ ਮਾਨ ਸਨਮਾਨ ਹੋਣ ਜਾ ਰਿਹਾ ਸਾਡੇ ਵੀਰ ਪ੍ਰਵਾਦ ਬਾਜੇ ਦਾ ਉੱਥੇ ਕਹਿੰਦੇ ਬਾਬਾ ਜਲਾਲ ਸਿੰਘ ਜੀ ਉਹਨਾਂ ਦੇ ਵੱਲੋਂ ਥਾਣੇ ਚੰਦਵਾਜੇ ਵਾਲੇ ਕਬੱਡੀ ਖਿਡਾਰੀ ਨੂੰ ਵਿਸ਼ੇਸ਼ ਤੌਰ ਤੇ 1100 ਰੁਪਏ ਦੇ ਨਾਲ ਵਿਸ਼ੇਸ਼ ਤੌਰ ਤੇ ਬਾਬਾ ਜਲਾਲ ਸਿੰਘ ਜੀ ਉਹਨਾਂ ਦੇ ਵੱਲੋਂ ਮਾਨ ਸਨਮਾਨ ਦਿੱਤਾ ਜਾਵੇਗਾ ਲਓ ਇਸ ਵੇਲੇ ਪਹਿਲੀ ਰਾਮੂ ਵਾਲੇ ਪਿੰਡ ਦਾ ਕਬੱਡੀ ਪਾਉਂਦਾ ਹੋਇਆ ਉੱਧਰ ਸਰਦਾਰ ਗੁਰਮੀਤ ਸਿੰਘ ਜੀ ਗੱਲ ਮੰਡ ਵਾਲਾ ਖੇਡ ਪ੍ਰਮੋਟਰ 11000 ਦੇ ਨਾਲ ਲਓ ਵੀ ਇੱਕ ਵਾਰੀ ਤਾੜੀ ਮਾਰਦੇ ਮੇਰੇ ਵੀਰੇ ਬਾਈ ਥਾਣੇ ਚੰਦਵਾਜੇ ਵਾਲੇ ਕਬੱਡੀ ਖਿਡਾਰੀ ਦਾ ਬਾਬਾ ਜਲਾਲ ਸਿੰਘ ਜੀ ਉਹਨਾਂ ਦੇ ਵੱਲੋਂ 11000 ਰੁਪਏ ਦੇ ਨਾਲ ਮਾਨ ਸਨਮਾਨ ਕੀਤਾ ਜਾਣਾ ਇੱਕ ਜੀਰੋ ਕੱਟੀ ਗਈ ਸੀ ਬਾਬਾ ਜੀ ਮਾਫੀ ਚਾਹੁੰਦੇ ਆ ਲਾਗਲੀ ਕਬੱਡੀ ਸੰਦੀਪ ਉੱਧਰ ਸਾਡੇ ਦਰਮਿਆਨ ਉੱਧਰ ਸਾਡੀ ਸਮੁੱਚੀ ਗ੍ਰਾਮ ਪੰਚਾਇਤ ਪਿੰਡ ਚੰਦਬਾਜਾ ਬਾਬਾ ਕਾਲ ਪੰਥ ਟੂਰਨਾਮੈਂਟ ਕਮੇਟੀ ਦੇ ਵੱਲੋਂ ਅੰਤਰਰਾਸ਼ਟਰੀ ਖੇਡ ਪ੍ਰਮੋਟਰ ਬਾਈ ਗੁਰਮੀਤ ਗਿੱਲ ਮੰਡ ਵਾਲਾ ਜੀ ਨੂੰ ਜੀ ਆਖਿਆ ਜਾ ਰਿਹਾ ਜੀ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਜਾ ਰਿਹਾ ਉਹਨਾਂ ਦੇ ਨਾਲ ਸਰਦਾਰ ਦਜੀਤ ਸਿੰਘ ਜੀ ਸਿੱਧੂ ਮੋਗਾ ਜੀ ਨਾਲ ਸਾਡਾ ਵੀਰ ਬਾਈ ਮਿੱਕੀ ਸਿੱਧੂ ਜੀ ਹਰਮਨ ਗਿੱਲ ਤਾਰਾ ਧੂੜਕੋਟ ਕਬੱਡੀ ਖਿਡਾਰੀ ਸੇਖੋ ਜੰਡ ਵਾਲਾ ਗੀਤਕਾਰ ਉਹਦੇ ਨਾਲ ਗੁਰਮੀਤ ਮੰਡ ਉਹਨਾਂ ਦੇ ਬੜੇ ਹੀ ਕਰੀਬੀ ਦੋਸਤ ਸਾਡਾ ਵੱਡਾ ਵੀਰ ਬਾਈ ਗੁਰਮੀਤ ਸਿੰਘ ਜੀ ਗੱਲ ਮੋੜਾ ਵਾਲੀ ਹਰਮਨ ਗਿੱਲ ਜੀ ਸਾਡੇ ਦਰਮਿਆਨ ਪਹੁੰਚੇ ਨੇ ਜੀ ਆਖਦੇ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹੁਣੇ ਹੁਣੇ ਸਾਡੇ ਦਰਮਿਆਨ ਸਟੇਜ ਦੇ ਉੱਤੇ ਸਾਡੇ VIP ਮੰਚ ਦੇ ਉੱਪਰ ਮਾਲਵੇ ਦਾ ਮਸ਼ਹੂਰ ਖੇਡ ਪ੍ਰਮੋਟਰ ਬਾਈ ਗੁਰਮੀਤ ਗਿੱਲ ਜੀ ਮੰਡ ਵਾਲਾ ਦਾ ਮਸ਼ਹੂਰ ਖੇਡ ਪ੍ਰਮੋਟਰ ਜਿਨ੍ਹਾਂ ਨੇ ਅਨੇਕਾਂ ਹੀ ਕਬੱਡੀ ਖਿਡਾਰੀਆਂ ਨੂੰ ਕੈਨੇਡਾ ਦੀ ਧਰਤੀ ਤੇ ਖੇਡਣ ਦਾ ਮੌਕਾ ਦਿੱਤਾ ਸਾਡੇ ਵਿਚਕਾਰ ਅੱਜ ਸਟੇਜ ਦੇ ਉੱਤੇ ਬਿਰਾਜਮਾਨ ਨੇ ਬਹੁਤ ਬਹੁਤ ਧੰਨਵਾਦ ਜੀ ਜੀ ਹੈ ਸਮੁੱਚੀ ਗ੍ਰਾਮ ਪੰਚਾਇਤ ਸਾਡੇ ਨਗਰ ਪਿੰਡ ਚੰਦਬਾਜਾ ਦੇ ਵੱਲੋਂ ਉਹਨਾਂ ਦਾ ਨਿੱਘਾ ਧੰਨਵਾਦ ਹੈ ਓਵਰ ਟੂ ਸਟੇਜ ਜੀ ਮੈਂ ਬੇਨਤੀ ਕਰੂੰਗਾ ਸਰਦਾਰ ਦਵਿੰਦਰ ਸਿੰਘ ਜੀ ਗਰੇਵਾਲ ਸਾਹਿਬ ਜੀ ਅਗਲੀ ਕਾਰਵਾਈ ਜਿਹੜੀ ਸਟੇਜ ਤੋਂ ਕਰਨਗੇ ਸ਼ੁਰੂ ਜੀ ਅਸੀਂ ਬਹੁਤ ਧੰਨਵਾਦੀ ਹਾਂ ਗੁਰਮੀਤ ਸਿੰਘ ਜੀ ਮੰਡ ਵਾਲਾ
ਜਿਨ੍ਹਾਂ ਨੇ ਆਪਣੇ ਕੇ ਟਾਈਮ ਵਿੱਚੋਂ ਟਾਈਮ ਕੱਢਦੇ ਹੋਏ ਕੱਲ ਤੇ ਅੱਜ ਵੀ ਸਾਨੂੰ ਸਟੇਜ ਦੇ ਉੱਪਰ ਆ ਕੇ ਬਹੁਤ ਬਹੁਤ ਇਹਨਾਂ ਦੀ ਰਿਸਪੈਕਟ ਕੀਤੀ ਹੈ ਥੈਂਕ ਯੂ ਇਹਨਾਂ ਦਾ ਹੈਲੋ ਸਮੁੱਚੀ ਕਮੇਟੀ ਵੱਲੋਂ ਅਤੇ ਨਗਰ ਪੰਚਾਇਤ ਵੱਲੋਂ ਇਹਨਾਂ ਨੂੰ ਜੀਵਾ ਆਖਿਆ ਜਾਂਦਾ ਹੈ ਹੈਲੋ ਥੈਂਕ ਯੂ ਭਾਈ ਬਿੰਦਰ ਸਿੰਘ ਜੀ ਵੱਡਾ ਸਟਾਰ ਆ ਦਾ ਛੋੜੀ ਰਾਜ ਸਰ ਲੋ ਹਾਂਜੀ ਹਾਂਜੀ ਮਿਹਰਬਾਨੀ ਜੀ ਉੱਧਰ ਸਾਡਾ ਬੜਾ ਹੀ ਕਰੀਬੀ ਦੋਸਤ ਭਾਈਚਾਰਾ ਬਰਾੜ ਜੀ ਬਹੁਤ ਜ਼ਿਆਦਾ ਮਿਹਨਤ ਕੀਤੀ ਭਾਈ ਲਖਵਿੰਦਰ ਜੀ ਹਾਂਡਾ ਜੀ ਸਾਡੇ ਵੀਰ ਭਾਈ ਚਾਹੇ ਭਾਈ ਦਰਸ਼ਨ ਦੀ ਗੱਲ ਹੋਵੇ ਇਹਨਾਂ ਨੌਜਵਾਨਾਂ ਦੀ ਅੰਤ ਤੱਕ ਮਿਹਨਤ ਦੇ ਸਦਕਾ ਆਪਾਂ ਇੱਥੇ ਅੱਜ ਇਕੱਤਰ ਹੋਏ ਹਾਂ ਜੜ ਕੇ ਬੈਠੇ ਮੇਰੇ ਵੀਰੇ ਬਹੁਤ ਹੀ ਪਿਆਰਾ ਖੇਡ ਮੇਲਾ ਅਜੇ ਨੀਂਹ ਰੱਖੀ ਹੈ ਸਾਡੇ ਵੀਰਾਂ ਨੇ ਪਰਮਾਤਮਾ ਦੇ ਖਾਸ ਬੇਨਤੀ ਕਰਾਂਗੇ ਦਿਨ ਦੁਗਣੀ ਤੇ ਰਾਤ ਚੌਗਣੀ ਇਹਨਾਂ ਖੇਡਾਂ ਨੂੰ ਸੱਚੀ ਪਾਤਸ਼ਾਹ ਤਰੱਕੀ ਬਖਸ਼ੇ ਸਰਕਾਰੀ ਹਾਈ ਸਕੂਲ ਪਿੰਡ ਚੰਦਬਾਜਾ ਦਾ ਬਹੁਤ ਹੀ ਸੁੰਦਰ ਖੇਡ ਮੈਦਾਨ ਉੱਧਰ ਆਪਾਂ ਦਰਸ਼ ਕਰੀਏ ਤੁਹਾਡੇ ਨਾਲ ਉਹਨਾਂ ਵੀਰਾਂ ਦੇ ਨਾਵਾਂ ਦੀ ਲਿਸਟ ਸਾਂਝੀ ਕਰਦੇ ਹਾਂ ਜਿਹਨਾਂ ਪਰਿਵਾਰਾਂ ਦੇ ਵੱਲੋਂ ਵੱਡਾ ਯੋਗਦਾਨ ਦਿੱਤਾ ਗਿਆ ਨਾਲ ਹੀ ਬੇਨਤੀ ਕਰਦੇ ਕਬੱਡੀ ਉੱਪਰ ਜਿੰਨੀਆਂ ਵੀ ਕਲੱਬਾਂ ਪਹੁੰਚਿਆ ਜਲਦੀ ਤੋਂ ਜਲਦੀ ਸਾਰੇ ਖਿਡਾਰੀ ਵੀਰ ਆਪਣੀ ਐਂਟਰੀ ਫੀਸਾਂ ਦਰਜ ਕਰਾਓ ਮੇਰੇ ਵੀਰ ਤਾਂ ਕਿ ਆਪਾਂ ਸਮੇਂ ਸਿਰ ਟਾਂਜਾ ਕੱਢ ਕੇ ਜਿਹੜੇ ਕਬੱਡੀ ਉੱਪਰ ਕਲੱਬਾਂ ਦੇ ਮੁਕਾਬਲੇ ਸ਼ੁਰੂ ਕਰਵਾ ਸਕੀਏ ਲਓ ਉੱਧਰ ਸਰਦਾਰ ਹਰਬਾਰ ਸਿੰਘ ਜੀ ਬਰਾੜ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਦੇ ਵੱਲੋਂ 31,000 ਰੁਪਏ ਸਾਨੂੰ ਦਿੱਤਾ ਗਿਆ ਸਰਦਾਰ ਸਵਰਗਵਾਸੀ ਕਬਾਰ ਸਿੰਘ ਜੀ ਦੌਲ ਮਨੀਲਾ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਦੇ ਵੱਲੋਂ 11,000 ਰੁਪਏ ਦਿੱਤਾ ਗਿਆ ਸਰਦਾਰ ਸਰਬਜੀਤ ਸਿੰਘ ਜੀ ਬਰਾੜ ਭਲੂਰ ਇੰਗਲੈਂਡ ਯੂਕੇ ਵਾਲੇ ਉਹਨਾਂ ਦੇ ਵੱਲੋਂ ਸਾਨੂੰ ਸਪੈਸ਼ਲ ਜਿਹੜਾ 11,000 ਰੁਪਏ ਦਿੱਤਾ ਗਿਆ ਜੀ ਲਓ ਜੀ ਇਸੇ ਨਾਲ ਹੀ ਮੁਕਾਬਲਾ ਸਮਾਪਤ ਚੱਲਦੇ ਹੋਏ ਮੈਚ ਦਾ ਦਸ਼ਕਰੀ ਰਿਜਲਟ ਇਸ ਤਰ੍ਹਾਂ ਦੱਸੋ ਜੀ ਮਾੜੀ ਕਿਹੜੀ ਟੀਮ ਕਿੰਨੇ ਪੁਆਇੰਟਾਂ ਨਾਲ ਜਿੱਤ ਰਹੀ ਆ ਲਓ ਦਸ਼ਕਰੀ ਖਤਰਾਣੇ ਦੀ ਟੀਮ ਦੇ ਪੁਆਇੰਟ ਨੇ 8 ਤੇ ਗੋਲੇਵਾਲ ਦੀ ਟੀਮ ਦੇ ਨੰਬਰ ਨੇ ਸਾਡੇ 20 ਨੰਬਰ ਦੇ ਗੋਲੇਵਾਲ ਸਾਡੇ 20 ਪੁਆਇੰਟਾਂ ਨਾਲ ਜਿੱਤੂ ਤਾੜੀ ਮਾਰਦੇ ਮੇਰੇ ਵੀ ਦੋਨਾਂ ਟੀਮਾਂ ਦੇ ਵਾਸਤੇ